ਤੁਹਾਡਾ ਨਾਮ ਜੀ? ਬਲਬੀਰ ਸਿੰਘ ਗਿੱਲ। ਹਾਂਜੀ, ਕਿੱਥੋਂ ਆਏ ਹੋ? ਮੋਗੇ ਦੇ ਨਜ਼ਦੀਕ ਡਾਲਾ ਪਿੰਡ। ਕੀ ਪ੍ਰੋਬਲਮ ਕੀ ਸੀ ਤੁਹਾਨੂੰ? ਮੇਰੀ ਹੱਡ ਦੀਆਂ ਨਾੜੀਆਂ ਬੰਦ ਸੀ। ਅੱਛਾ ਜੀ। ਤਿੰਨ ਨਾੜੀਆਂ ਬਲਾਕ ਸੀ। ਅੱਛਾ, ਕੀ ਪ੍ਰੋਬਲਮ ਹੁੰਦੀ ਸੀ ਤੁਹਾਨੂੰ? ਚੱਲਣ ਵੇਲੇ ਸਾਹ ਸੀ ਚੜ੍ਹਦਾ ਸੀ। ਅੱਛਾ ਜੀ। ਹੋਰ ਕਿੱਥੋਂ ਟ੍ਰੀਟਮੈਂਟ ਕਰਵਾਇਆ ਸੀ ਪਹਿਲਾਂ? ਨਹੀਂ, ਪਹਿਲਾਂ ਇੱਥੋਂ ਏ ਸੀ ਟੀ ਕਰਵਾਈ ਸੀ। ਅੱਛਾ ਜੀ, ਉਹਦੇ ਨਾਲ ਫਰਕ ਸੀ ਤੁਹਾਨੂੰ? ਹਾਂਜੀ ਹਾਂ, ਉਹਦੇ ਨਾਲ 8 ਸਾਲ ਵਧੀਆ ਨਿਕਲ ਗਏ। ਅੱਛਾ ਜੀ। ਹੁਣ ਕਿਵੇਂ ਚੱਲਣ? ਹੁਣ ਠੀਕ ਹੈ ਜੀ। ਕੋਈ ਸਾਹ ਵਗੈਰਾ ਚੜ੍ਹਦਾ ਹੋਵੇ? ਠੀਕ ਹੈ। ਅੱਛਾ ਜੀ। ਬਾਕੀ ਕੋਈ ਚੱਲਣ 'ਚ ਪ੍ਰੋਬਲਮ ਹੁੰਦੀ? ਠੀਕ ਹੈ। ਪਹਿਲਾਂ ਕਿਵੇਂ ਸੀ? ਪਹਿਲਾਂ ਥੋੜ੍ਹਾ ਮਤਲਬ ਇਹ ਸੀਗਾ, ਚੱਲਣ ਵੇਲੇ ਤਕਲੀਫ ਹੁੰਦੀ ਸੀ। ਅੱਛਾ ਜੀ। ਹੁਣ ਹਾਰਟ 'ਚ ਪੇਨ ਹੁੰਦਾ ਸੀ, ਹੁਣ ਠੀਕ। ਅੱਛਾ ਜੀ। ਇੱਥੋਂ ਬਾਰੇ ਤੁਹਾਨੂੰ ਕਿੰਨੇ ਦੱਸਿਆ ਸੀ ਡਾਕਟਰ ਸਾਹਿਬ ਬਾਰੇ? ਇਹ ਮੈਂ ਏ ਸੀ ਟੀ ਕਰਵਾਈ ਸੀ, ਲੈ ਜਾਂਦਾ ਸੀਗਾ। ਅੱਛਾ ਜੀ, ਠੀਕ ਹੈ। ਹਾਂਜੀ ਹਾਂਜੀ। ਪਹਿਲਾਂ ਟ੍ਰੀਟਮੈਂਟ ਕਰਵਾ ਚੁੱਕੇ ਤੁਸੀਂ? ਹਾਂਜੀ ਹਾਂ, ਏ ਸੀ ਟੀ 2002 ਮਾਰਚ ਵਿੱਚ ਕਰਵਾਇਆ ਸੀ। ਹੁਣ ਕੀ ਕਰਵਾਇਆ ਤੁਸੀਂ? ਹੁਣ ਈ ਸੀ ਪੀ। ਅੱਛਾ, ਇਹਦੇ ਨਾਲ ਕਾਫੀ ਫਾਇਦਾ ਤੁਹਾਨੂੰ? ਹਾਂਜੀ। ਕੋਈ ਪੇਸ਼ੈਂਟਾਂ ਨੂੰ ਹੋਰ ਸੰਦੇਸ਼ ਕੁਝ ਦੇਣਾ ਚਾਹੁੰਦੇ ਹੋ? ਸੰਦੇਸ਼ ਇਹ ਹੈ ਜੀ ਕਿ ਬਹੁਤ ਵਧੀਆ ਟ੍ਰੀਟਮੈਂਟ ਹੈਗਾ ਇਹ ਜੀ, ਬਾਈਪਾਸ ਨਾਲੋਂ ਕਿਤੇ ਬੈਟਰ ਕਰਾਉਣਾ ਚਾਹੀਦਾ। ਕੋਈ ਇਹਦੇ 'ਚ ਪ੍ਰੋਬਲਮ ਤਾਂ ਨਹੀਂ ਆਉਂਦੀ ਕਰਾਉਣ ਲੱਗਿਆ? ਨਹੀਂ ਨਹੀਂ, ਕੋਈ ਬਿਲਕੁਲ। ਤੁਸੀਂ ਟ੍ਰੀਟਮੈਂਟ ਤੋਂ ਬਾਅਦ ਅੱਜ ਦੁਬਾਰਾ ਟੈਸਟ ਕਰਵਾਇਆ, ਉਹਦੇ ਵਿੱਚ ਡਾਕਟਰ ਸਾਹਿਬ ਨੇ ਤੁਹਾਨੂੰ ਕੀ ਦੱਸਿਆ? ਉਹਨਾਂ ਦੱਸਿਆ ਵੀ ਕਾਫੀ ਹੱਦ ਤੱਕ ਠੀਕ ਹੋ ਗਿਆ, ਆਲਮੋਸਟ ਨਾਰਮਲ ਹੀ ਹੈਗਾ। ਅੱਛਾ ਜੀ। ਜੋ ਪਹਿਲਾਂ ਪ੍ਰੋਬਲਮ ਸੀ ਬਿਲਕੁਲ ਖਤਮ ਹੋ ਚੁੱਕੀ ਆ? ਹਾਂਜੀ ਹਾਂਜੀ। ਸਾਹ ਵਗੈਰਾ ਨਹੀਂ ਚੜ੍ਹਦਾ? ਨਹੀਂ। ਛੱਡਣ 'ਚ ਕੋਈ ਪ੍ਰੋਬਲਮ ਨਹੀਂ ਆਉਂਦੀ? ਜਿੰਨਾ ਵੀ ਕੁਛ ਵੀ ਨਹੀਂ। ਠੀਕ ਹੈ ਜੀ, ਠੀਕ।